ਕਰਤਾਰਪੁਰ ਸਾਹਿਬ ਦੇ ਨਾਲ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਪਰ ਇਸ ਸਥਾਨ ਦਾ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ ਕਾਰਨ ਸੰਗਤ ਨਿਰਾਸ਼ਾ ਦੇ ਆਲਮ ਦੇ ਵਿੱਚ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਲਈ ਉਹਨਾਂ ਨੂੰ ਮੰਗ ਪੱਤਰ ਲਿਖਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਮਗਰੋਂ ਭਾਰਤ ਸਰਕਾਰ ਦੀ ਲੰਮੀ ਚੁੱਪ ਠੀਕ ਨਹੀਂ, ਸਰਕਾਰ ਨੂੰ ਇਸ ਮਸਲੇ 'ਤੇ ਜਲਦ ਫੈਸਲਾ ਲੈਣਾ ਚਾਹੀਦਾ। ਅੱਜ ਵੀਰਵਾਰ ਵੱਡੇ ਤਾਕੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਫੌਜੀ ਜਵਾਨ ਜਿਉਂਦੇ ਸੜ ਗਏ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਰਜੀਆਸਰ ਛਤਰਗੜ੍ਹ ਸੜਕ ਦੇ ਉੱਤੇ ਇੱਕ ਜਿਪਸੀ ਵੈਨ ਪਲਟ ਗਈ ਹੈ ਅਤੇ ਇਸੇ ਦੌਰਾਨ ਉਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਵਿਅਕਤੀ ਜ਼ਖਮੀ ਵੀ ਹੋ ਗਏ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਸਥਿਤ ਫੌਜੀ ਯੂਨਿਟ ਦੇ 8 ਫੌਜੀ ਜਵਾਨ ਸੂਰਤਗੜ੍ਹ ਤੋਂ ਜਿਪਸੀ ਵਿੱਚ ਰਵਾਨਾ ਹੋਏ ਸਨ। ਰਾਹ ਵਿੱਚ ਪਾਣਾ ਵਰਤ ਗਿਆ। ਮੌਕੇ ਤੋਂ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ 3 ਲਾਸ਼ਾਂ ਪ੍ਰਾਪਤ ਕੀਤੀਆਂ ਗਈਆਂ। ਜ਼ਖਮੀ ਨੂੰ ਸੂਰਤਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਜੀਆਸਰ ਪੁਲਿਸ ਥਾਣੇ ਦੇ ਇੰਚਾਰਜ ਵਿਕਰਮ ਤਿਵਾੜੀ ਨੇ ਦੱਸਿਆ ਕਿ ਇਹ ਹਾਦਸਾ ਰਜੀਆਸਰ ਛਤਰਗੜ੍ਹ ਸੜਕ ਉੱਤੇ ਇੰਦਰਾ ਗਾਂਧੀ ਨਹਿਰ ਦੀ ਬੁਰਜੀ ਨੰਬਰ 303 ਨੇੜੇ ਰਾਤੀ 1:30 ਵਾਪਰਿਆ। ਵਾਹਨ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਸੜਕ ਕੰਢੇ ਲੱਗੇ ਇੱਕ ਰੁੱਖ ਦੇ ਨਾਲ ਜਾ ਕੇ ਟਕਰਾ ਗਿਆ। ਉੱਥੇ ਜਿਪਸੀ ਨੂੰ ਅੱਗ ਲੱਗ ਗਈ ਅਤੇ ਉੱਥੇ ਮੌਜੂਦ ਝਾੜੀਆਂ ਨੇ ਵੀ ਤਰ੍ਹਾਂ ਤੱਕ ਫੜ ਲਈ। ਫੌਜੀ ਜਵਾਨਾਂ ਨੂੰ ਬਾਹਰ ਦਾ ਕੋਈ ਵੀ ਮੌਕਾ ਨਾ ਮਿਲ ਸਕਿਆ। ਦਿੱਲੀ ਵਿੱਚ ਉਪ ਰਾਜਪਾਲ ਨੂੰ ਜ਼ਿਆਦਾ ਸ਼ਕਤੀ ਦੇਣ ਵਾਲੇ ਬਿੱਲ ਨੂੰ ਰਾਜ ਸਭਾ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ 22 ਮਾਰਚ ਨੂੰ ਰਾਜਧਾਨੀ ਖੇਤਰ ਦਿੱਲੀ ਸਰਕਾਰ ਸੋਧ ਬਿੱਲ 2021 ਲੋਕ ਸਭਾ ਤੋਂ ਪਾਸ ਹੋਇਆ ਸੀ। ਇਸ ਬਿੱਲ ਦਾ ਦਿੱਲੀ ਵਿੱਚ ਸੱਤਾਧਰ ਆਮ ਆਦਮੀ ਪਾਰਟੀ, ਕਾਂਗਰਸ ਸਮੇਤ ਕਈ ਦਲਾਂ ਨੇ ਵਿਰੋਧ ਕੀਤਾ। ਰਾਜ ਸਭਾ ਤੋਂ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਲੋਕਤੰਤਰ ਲਈ ਦੁਖਦਾਈ ਦਿਨ ਹੈ, ਅਸੀਂ ਲੋਕਾਂ ਨੂੰ ਅਧਿਕਾਰ ਦੇਣ ਲਈ ਸੰਘਰਸ਼ ਜਾਰੀ ਰੱਖਾਂਗੇ। ਜੋ ਵੀ ਅੜਚਣਾਂ ਆਉਣਗੀਆਂ ਅਸੀਂ ਚੰਗਾ ਕੰਮ ਕਰਦੇ ਰਹਾਂਗੇ, ਕੰਮ ਨਾ ਰੁਕੇਗਾ ਨਾ ਚਾਲ ਹੌਲੀ ਹੋਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਅੱਜ ਦੇ ਲੋਕਤੰਤਰ ਲਈ ਕਾਲਾ ਦਿਨ ਹੈ। ਦਿੱਲੀ ਦੀ ਜਨਤਾ ਵੱਲੋਂ ਚੁਣੀ ਗਈ ਸਰਕਾਰ ਦੇ ਅਧਿਕਾਰਾਂ ਨੂੰ ਖੋ ਕੇ ਐਲਜੀ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ। ਹਾਲਾਂਕਿ ਦੇਖੋ ਲੋਕਤੰਤਰ ਦੀ ਹੱਤਿਆ ਲਈ ਸੰਸਦ ਨੂੰ ਚੁਣਿਆ ਗਿਆ ਜੋ ਸਾਡੇ ਲੋਕਤੰਤਰ ਦਾ ਮੰਦਰ ਹੈ। ਦਿੱਲੀ ਦੇ ਲੋਕ ਇਸ ਤਾਨਾਸ਼ਾਹੀ ਦੇ ਖਿਲਾਫ ਲੜਨਗੇ। 26 ਮਾਰਚ ਨੂੰ ਭਾਰਤ ਬੰਦ ਕਰਕੇ ਚਰਚਾ ਹੈ ਕਿ ਹੋਲੇ ਮਹੱਲੇ ਤੇ ਜਾਣ ਵਾਲੀਆਂ ਸੰਗਤਾਂ ਨੂੰ ਦਿੱਕਤ ਆਵੇਗੀ। ਇਸ ਬਾਰੇ ਕਿਸਾਨ ਲੀਡਰ ਰੁੱਤੂ ਸਿੰਘ ਮਾਨਸਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੰਗਤ ਬੰਦ ਦੇ ਸੱਦੇ ਦਾ ਸਹਿਯੋਗ ਕਰੇ। ਉਹਨਾਂ ਕਿਹਾ ਕਿ ਸੰਗਤ ਕੱਲ੍ਹ ਦੀ ਬਜਾਏ ਅੱਜ ਹੀ ਦਰਸ਼ਨਾਂ ਦੇ ਲਈ ਪਹੁੰਚ ਜਾਵੇ ਜਾਂ ਫਿਰ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਅਨੰਦਪੁਰ ਸਾਹਿਬ ਜਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ 26 ਮਾਰਚ ਨੂੰ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬੰਦ ਰੱਖੇ ਜਾਣਗੇ। ਦੇਖੋ ਸਾਡਾ ਤੇ ਪਹਿਲਾਂ ਤੋਂ ਲੈ ਕੇ ਸਮਰਥਨ ਹੈ ਤੇ ਪਹਿਲਾਂ ਤੋਂ ਲੈ ਕੇ ਅਸੀਂ ਨਾਲ ਸਹਿਯੋਗ ਦਿੰਦੇ ਹਾਂ। ਕੱਲ੍ਹ ਨੂੰ ਵੀ ਸਾਡਾ ਦਫ਼ਤਰ ਵੀ ਬੰਦ ਰਹਿਣਗੇ ਔਰ ਸਾਡਾ ਨਗਰ ਕੀਰਤਨ ਜਿਹੜਾ ਜਾ ਰਿਹਾ ਉਹ ਵੀ ਅਸੀਂ ਅੱਜ ਰਾਤ ਨੂੰ ਜੋਤੀ ਸਰੂਪ ਗੁਰਦੁਆਰਾ ਸਾਹਿਬ 'ਚ ਹੀ ਰੁਕੇਗਾ। ਕੱਲ੍ਹ ਦਾ ਦਿਨ ਅਸੀਂ ਸਾਰਾ ਛੁੱਟੀ ਕਰ ਦਿੱਤੀ ਹੈ। ਹਾਂਜੀ, ਐਸ ਸੀ ਦੀ ਛੁੱਟੀ, ਦਫ਼ਤਰ ਵੀ, ਕਿਉਂਕਿ ਆਉਣਾ ਵੀ ਔਖਾ ਹੋ ਜਾਂਦਾ, ਇਹਨਾਂ ਨੂੰ ਜਾਣਾ ਔਖਾ ਹੋ ਜਾਂਦਾ, ਇਸ ਕਰਕੇ ਕੱਲ੍ਹ ਦੀ ਛੁੱਟੀ ਕਰ ਦਿੱਤੀ। ਨਹੀਂ ਨਹੀਂ, ਉਹ ਤਾਂ ਸਾਡਾ ਪਹਿਲਾਂ ਹੀ ਸਮਰਥਨ ਹੀ ਹੈ ਜੀ। ਨਹੀਂ, ਬੰਦ ਹੋਵੇਗਾ ਤਾਂ ਨੈਚੁਰਲੀ ਹੈ
बंद हो तो बंद करना ही पेगा सू सारे इस करके मेरा कहने तो भाव है कि असं पहले ही समर्थन दिता हुआ ऑलरेडी। चलो जी ये तो सारे पता होना सी कह सकते। चलो बीबा जी बड़े लंबे समय तो बंद पिया तकरीबन साल हो गया। अज मैं इस करके वार बार बेनती कर रही हाँ कि हुण ते अगे ते COVID-19 करके बाहरलिया फ्लाइट्स भी बंद सी बाहरले सारा कुछ आवाजाही बंद सी हुण ते फ्लाइट्स बाहरलिया भी खुल गई देशों दी विदेशों दीआं दूजा रैलियां चोणां दीआं हो रही मेले लग रहे हैं सारी संगत इकट्ठी हुंदी है ते इन्हां ने एक बहाना पा के कोविड दा ते साडा उदों ननकाणा साहब दा जिहड़ा साका सी उहते 100 साल बनाउण वास्ते भी रुकावट पाई सी। चलो खैर वह भी इजाजत ना दिती हुण जिहड़ी साडा विसाखी ते जथा जा रहा है हुण उत्थे साडी क्योंकि चार जत्थे साडे जाणे ही हुंदे है परंपरागत पहले ही जांदे है जिहड़े कि दोवां देशां दा कंप्रोमाइज़ है। हुण जिहड़ा इह जथा जाणा है ये 10 दिन वास्ते उत्थे रहना इहदा मतलब कि जथा जा सकदा है दर्शन किए जा सकते गुरुद्वार के। सो मैं भारत सरकार को अज फिर चिट्ठी साड़ी जा रही है कि भारत सरकार इस गल तवज्जो देवे कि वह तुरंत करतारपुर साहब का लांघा खोले क्योंकि यात्रु श्रद्धालु भावें 100 जान भावें 500 जान पूरा एहतियात रख के जाएंगे जो इन्हां दी शर्तां ने हैल्थ डिपार्टमेंट वालों वो शर्तां लाउण तां जो सिख का जिहड़ा मन है सिख की श्रद्धा जिहड़ी है वह पूरी होनी चाहिए है भावें थोड़े जा सकन लेकिन उन्होंने ये रुकावट चुक देनी चाहिए है। भारत सरकार को इस गल का इतराज़ नहीं होना चाहिए पर इतने शक पैंदा कि पहला फिर खोलिया क्यों सी जे अज बंद कर देना सी पक्का तो खोलिया क्यों सी फिर जे एक जे ये सवेरे जाके शाम को यात्री वापस आ जाने हैं तो फिर भारत सरकार को ज लोगों को किस गल की इस गलते इतराज़ है। सो मैं निम्रता सहित फिर दोबारा तुहाडे राही मीडिया राही भारत सरकार को बेनती करती हैं कि तुरंत करतारपुर साहब का लांघा खोलिया जाए ता जो संगतां दी रीझ ते चाह जिहड़ी उह पूरी हो सकन। असीं दोवां नूं लिखांगे जी प्रधानमंत्री जी नूं भी ते गृह मंत्री जी नूं। मेहरबानी जी हाँ जी हाँ जी पाकिस्तान नूं तो कोई इतराज ही नहीं साडी सरकार ही भज रही है ये क्यों भज रही है सभी नहीं आ रही ता इस करे कोई जवाब तो देन दित्तियां भी है जी। अज मैं स्ट्रिक्टली कह के जावांगी बाहर टनल जिहड़ी है सैनाटाइज की तैयार की जाए संगत आवे आके तो मत्था टेके पर उहदे विचों सैनाटाइज का प्रबंध अपने बाहरों आउण तक क्योंकि अगों सिंह साहिबाना का हुंदा है कि दर्शनी जोड़ी तक कोई मास्क पा सकता अगों आके तो अपना कर लैण क्योंकि जो सैनाटाइज ही कर देना सारा शरीर फिर कोई लोड़ नहीं हुंदी। चलो देखो जी ये सिंह साहब जी उन्हों का उतों के हैड ग्रंथी जी की हैगी है कि वह की कहें असी उन्होंने तो इजाजत लाओ किसी नहीं किया जाता मेरिया खबर ही किनिया बन जाए मैं करा की जी हाँ जी मैं करा की जी कि बन जा एक तो है कि साडा कॉलेज है जी बुढ़लाडा जिथे तकरीबन 6,500-7,000 स्टूडेंट्स है। कल सुन के बड़ा दुख होया कि नैशनल हाईवे अथॉरिटी वालों बिना किसी परमिशन तो ते बिना किसी गलबात करन तो वो कल जिहड़ी साडी बिल्डिंग भी थोड़ी जिही ते साडी दीवार सी वो ढौ के कब्जा करन दी कोशिश कीती गई। जदों रौला पिया मैं इत्थे लंबी च सरदार दयाल सिंह कोलियावाली दे भोग तो बाहर निकली तो पता लगा तो प्रिंसीपल साहब ने पूछया उन्होंने कहा कि मैंने कहा कि दो दिन रुक जाओ पहले साडे नाल गल कर लो भी तुहानू मैं चिट्ठियां 3-4 वारी पाइया भी साडे ग्राउंड का की तुसीं दिओगे ठीक है कि असीं चाहुंदे तो नहीं भी असीं देईए साडियां ग्राउंडां सौड़ियां हुंदियां सानूं होर खरीदणियां पैंदियां पर असीं क्योंकि असीं चाहुंदे नहीं कि नैशनल डिवेलपमेंट जिहड़ी साडी नैशनल हाईवे बन रही है डिवेलपमेंट हो रही है तो असं वो कोई रुकावट पाईए डिवेलपमेंट ना असं सहमत है पर कहते कम से कम गल करने वास्ते सानू दसो कि बिल्डिंग का तुम सूँ की दे रहे हो ग्राउंड का की दे रहे हो दीवारा जितों टाणियाँ वह दे रहे हो पर कहते भी 3-4 चिट्ठिया लिखने के बावजूद एक भी जवाब सूँ अजे तक नहीं आया।
सो जे जवाब नहीं आया तो यदा मतलब कि उन्होंने अजे तक ये पैरवाई नहीं की कि किसी ना गल की जाए। दुख की गल ये है कि वह कोई शामलट कॉलेज नहीं, वो कोई शामलट भूमि नहीं जिदे उत्ते गैर कानूनी ढंग के नाल उन्होंने जल्दी नाल कब्जा करने की कोशिश की है। साडा स्टाफ इमीजिएटली उन्होंने उत्ते धरना लाता तो उन्होंने उन्होंने हिसाब नक् च दम कर दिता उन्होंने भी तुम सूँ किस तरह ना सूँ कोई पैसा दिता ना सूँ कोई की देना यह तय किया। फिर उस वेले डिप्टी कमिश्नर साहब ने फोन किया फिर कल उन्होंने एहसास करके माफ़ी मंगी है कि असी कुछ दिनों बाद असी तुहाडा पूरी गल कह के तय करके फिर असी जिहड़ा पैसा देना होगा पा के फिर असी गल करांगे। सो मैनू तकलीफ हुई इस गल की कि एड्डी वड्डी संस्था का वो कॉलेज होवे, एड्डी वड्डी संस्था दे वो जगह होवे, 7,000 के करीब उत्थे स्टूडेंट पढ़ता होवे, उन्हां दी सिक्योरिटी क्योंकि जो कहिंदे 2-4 दिन दिंदे पहले सिक्योरिटी टैंपरेरी तौर दे उत्ते बनाई जांदी, दोबारा तो नहीं उसरदी इन्नी छेती, लेकिन कम से कम उन्हां दी सिक्योरिटी का प्रबंध करना साढ़े लई जरूरी सीगा। सो इस करके एक तो आह बड़ी गल तकलीफ हुई है, पर चलो उन्होंने सानूं कह दिता, रोक दिती है, रोकी भी धरना ला के रोकी है, रौला पा के रोकी है। ये सरकार दियां थोड़ियां मैं समझदी भी अणगहलियां ने, डिप्टी कमिश्नर साहब ने SDM ने जे कार्रवाई करवाई है बिना वजह तो मैं निंदा भी करती हूँ। तो अगे तो मैं ये गल कह देना चाहनी है कि जे किसी ने इस तरह संस्थावां उत्ते हमला किया तो श्रोमणी गुरुद्वारा प्रबंधक कमेटी बड़ी खुशी की गल है कि भारत हमेशा खेडों के कभी हाकी च कभी कबड्डी तो वख वख खेडों के बड़े मल्ला मारते रहे साडे खिडारी। पर अज होर भी खुशी की गल है कि साडियां बेटियां साडियां लड़कियां वख वख खेडों के अपना नाम ना खट रही हैं। और इस गल का मैनूं माण है कि जदों भी कितें इन्हां नूं उत्साह दिता गया भावें किसी सरकार वल्लों भावें किसी संस्था वल्लों तो इन्हां ने दिलों जानों हो के अपनी मेहनत की है। पिछले समय के बहुत साड़ी कमजोरी भी रही है, कमजोरी मतलब सरकारां दी भी रही तो साड़ियां संस्थावां दी कि लड़कियां नूं असीं प्रमोट घट कर सके हैं। हुण असीं मन बनाया कि लड़कियां किसी भी फील्ड में खेडन तो उन्हां नूं असीं वध तों वध उत्साह देईए। जिथे असीं हाकी दी टीम बनाउणी शुरू की है, असीं बास्केटबॉल दी टीम बनाई है, असीं अथलैटिक दी बनाई है, उत्थे कबड्डी दी बना रहे हैं, वो वक् वक् टीम साड़ियाँ तैयार हो रही हैं जिन्होंने असी सारी एजुकेशन भी फ्री दे रहे हैं, सारी एजुकेशन और होस्टल दे रहे हैं, उन्होंने असी यूनिफॉर्म्स उन्होंने सारे इक्विपमेंट्स हर चीज़ दिती जा रही है। तो इस करके मैं देख रही हूँ कि लड़कियों उत्साह बढ़ रहा है, असी सारियां बकायदा सारा खर्चा दे के उन्होंने हर चीज़ दे के असी उन्होंने प्रमोट करांगे। अज मैं बहुत दस के खुशी महसूस हो रही है कि साड़ी बीबा कमलप्रीत कौर सरदार कुलदीप सिंह की बेटी जो पिंड कबरवाला की रहने वाली है श्री मुक्तसर साहब के ज़िले की, इन्हें जो अज नैशनल लैवल दे उत्ते डिस्कस थ्रो दे विच नैशनल रिकॉर्ड पैदा किया, ये बड़ी वड्डी गल है साडे वास्ते। ये टोकियो दे विच ओलंपिक खेडण वास्ते जा रही है और ये सानूं माण होया कि जदों मैंने पता लगा कि भारतीय पहली लड़की है जिन्होंने ये अपना माण प्राप्त किया, कामयाबी हासिल की है, जिथे मैं परिवार को बधाई दिनी हूँ उत्थे आने वाले भविख दे विच अपनियां बच्चियां नूं मैं ये बेनती करांगी कि बेटा वध तो वध अपनियां खेडां विच ध्यान दिओ ते वख वख फील्ड विच किते भी तुसीं कोई खेड विच जाना चाहते हो तो उहदे तकड़े होके चलो। तो असी हर एक दा यह भी मैं ऐलान कर दिया भी कोई भी लड़की कोई भी लड़का साडा ओलंपिक जिहड़ा जाएगा असी इस तरह वह मान सन्मान करांगे। कोई भी जाए जिहड़ा भी ओलंपिक वास्ते चुनिया जाए किसी भी खेड विच उन्हां सारिआं दे मान सन्मान जिहड़े है वह किए जाया करनगे तां जो उन्हां दा हौसला वध सके। सो अज असी इन्हां नूं बहुता तो नहीं कर सकते क्योंकि बच्चियां नूं इच्छावश देनी हुंदी है, 2 लाख रुपए की राशि दित्ती जा रही है और सन्मान दिता जा रहा है ता जो इहदा मन होर वध सके। तो यह भी है कि मैंने पूछा शायद ये अगे पढ़ना चाहती है बेटी, पढ़ना चाहनी बेटा, कहिंदे मैं MA करना चाहनी है, जो MA करेगी इहदा MA का खर्च भी मैं जे साडे कॉलेज पढ़े तो मैं ऑफर होएगी कि मैं पूरा इन फ्री सारा कुछ देवां। साडे कॉलेज तुसीं करो जी मुक्तसर साहब कॉलेज पढ़ लो तो भावें किसी लागे दे मुक्तसर साहब कॉलेज के ज्वाइन करे
ਤੇ ਇਹਨੂੰ ਅਸੀਂ ਸਾਰੀ ਕੁਆਲੀ ਇਹਦੀ ਜਿਹੜੀ ਐਜੂਕੇਸ਼ਨ ਉਹ ਫ੍ਰੀ ਦੇਵਾਂਗੇ, ਪੂਰਾ ਖਰਚਾ ਦੇਵਾਂਗੇ। ਬਸ ਇਹ ਅੱਜ ਦਾ ਤੇ ਇਹਨਾਂ ਦਾ ਇਹੀ ਸੀਗਾ ਜੀ। ਹਾਂਜੀ ਲਓ ਇਹਨਾਂ ਦਾ ਸਨਮਾਨ ਕਰ। ਮੇਰਾ ਖਿਆਲ ਹੈ ਕਿ ਬਹੁਤ ਵੱਡੀ ਗਿਣਤੀ 'ਚ ਉਹਦੇ ਖਿਡਾਰੀ ਆਏ, ਜਿੰਨੀ ਸਾਨੂੰ ਟੀਮਾਂ ਚਾਹੀਦੀਆਂ ਸੀ ਤਕਰੀਬਨ ਸਿਲੈਕਟ ਹੋ ਗਈ ਆ, ਪਰ ਅਸੀਂ 1 ਅਪ੍ਰੈਲ ਤੋਂ ਬਾਅਦ ਇੱਕ ਹੋਰ ਲੈਣਾ, ਇੱਕ ਹੋਰ, ਕਿਉਂਕਿ ਸਕੂਲ ਲੱਗੇ ਸੀ ਉਦੋਂ, ਫਿਰ ਵੀ ਬੱਚੇ ਬਹੁਤ ਆਏ ਸੀਗੇ, ਉਹਨਾਂ 'ਚੋਂ ਇਹਨਾਂ ਨੇ ਕਾਫੀ ਸਿਲੈਕਟ ਕੀਤੇ ਆ, ਪਰ ਅਸੀਂ 1 ਤਰੀਕ ਤੋਂ ਬਾਅਦ ਇੱਕ ਹੋਰ ਅਸੀਂ ਲੈਣੀ ਹੈ, ਕੀ ਕਹਿੰਦੇ ਟ੍ਰਾਇਲ ਲੈਣਾ, ਤਾਂ ਜੋ ਜਿਹੜੇ ਬੱਚੇ ਰਹਿ ਗਏ ਆ। ਕਈ ਇੱਕ ਮੈਨੂੰ ਦੱਸ ਰਿਹਾ ਸੀ ਕਿ ਮੇਰੀ ਬੇਟੀ ਬੜੀ ਰੋ ਰਹੀ ਸੀ, ਕਹਿੰਦੀ ਹੈ ਕਿ ਤੁਸੀਂ ਕੀ ਨਾਮ ਹੈ, ਮੈਂ ਰਹਿ ਗਈ ਹਾਂ, ਮੇਰਾ ਪੇਪਰ ਸੀ। ਅਸੀਂ ਕਿਹਾ ਕੋਈ ਨਹੀਂ, ਇੱਕ ਹੋਰ ਅਸੀਂ ਟ੍ਰਾਇਲ ਕਰਾਵਾਂਗੇ, ਜਿਹੜਾ ਬੱਚਾ ਆਜੂਗਾ ਪੂਰੀ ਬਾਸਕਟਬਾਲ ਦੀਆਂ, ਪੂਰੇ ਹਾਕੀ ਦੀਆਂ ਖਿਡਾਰਨਾਂ। ਮੇਰੇ ਕਿਹਾ ਕਿੰਨੇ ਇਹਨਾਂ ਦੇ ਬੱਚੇ ਹੁੰਦੇ? 24 ਬੱਚੇ ਜਿਹੜੇ ਬਣਦੇ ਅਸੀਂ ਲੈ ਰਹੇ ਹਾਂ ਸਾਰੇ, ਔਰ ਇਹਨਾਂ ਨੂੰ ਬਕਾਇਦਾ ਅਸੀਂ ਹੋਸਟਲ 'ਚ ਰੱਖ ਕੇ ਪੜ੍ਹਾਵਾਂਗੇ ਵੀ ਆਪਣੇ ਵਧੀਆ ਸਕੂਲ ਦੇ ਵਿੱਚ। ਦੇਖੋ ਜੀ, ਮੈਂ ਸਿਰਫ ਉੱਥੇ ਗਈ ਹੈ ਸ਼ੁਰੂ ਕਰਾਉਣ ਵਾਸਤੇ, ਅਤੇ ਜਿਹੜੀਆਂ ਸਾਡੀਆਂ ਓਲੰਪਿਕ ਖਿਡਾਰਨਾਂ ਜਿਹਨਾਂ ਨੂੰ ਅਸੀਂ ਬਣਾਈ ਟੀਮ, ਅਸੀਂ ਕਿਸੇ ਨੂੰ ਫੋਨ ਤੱਕ ਨਹੀਂ ਕੀਤਾ, ਮੇਰਾ ਖਿਆਲ ਕਿਸੇ ਮੈਂਬਰ ਨਾਲ ਨਹੀਂ ਕੀਤਾ ਜਾਂ ਕਿਸੇ ਮੁਲਾਜ਼ਮ ਨਾਲ ਨਹੀਂ ਕੀਤਾ, ਮੈਂ ਨਹੀਂ ਕੀਤਾ। ਮੈਂ ਉਹਨੂੰ ਕਿਹਾ ਕਿ ਸਹੀ ਢੰਗ ਨਾਲ, ਪਾਰਦਰਸ਼ੀ ਢੰਗ ਦੇ ਨਾਲ ਬੱਚਿਆਂ ਨੂੰ ਸਿਲੈਕਸ਼ਨ ਕਰਨਾ, ਕੋਈ ਕਿਸੇ ਕਿਸਮ ਦੀ ਕਿਸੇ ਨਾਲ, ਕਿਉਂਕਿ ਬੱਚਾ ਤਾਂ ਬੱਚਾ, ਉਹਦੀ ਖੇਡ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ। ਅਸੀਂ ਬਿਲਕੁਲ ਨਹੀਂ ਕਰਾਂਗੇ। ਮੈਂ ਕੋਚ ਸਾਹਿਬ ਵੀ, ਸਾਡੇ ਬੀਬਾ ਜੀ ਆਏ ਹੈ, ਕੀ ਨਾਂ ਜੀ, ਬੀਬਾ ਜੀ ਦਾ, ਰਾਖੀ ਤਿਆਗੀ ਜੀ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਕਿਉਂਕਿ ਜਿੰਨੇ ਬੱਚਿਆਂ ਨੂੰ ਪਿਆਰ ਨਾਲ ਖਿਡਾਇਆ ਔਰ ਇੰਨਾ ਮੌਕਾ ਦਿੱਤਾ ਮਿਹਨਤ ਕਰਕੇ, ਅਤੇ ਇਹਨਾਂ ਨੂੰ ਵੀ ਅਸੀਂ ਇਨਾਮ ਦੇ ਵਜੋਂ ਸਤਿਕਾਰ ਕਰ ਰਹੇ ਥੋੜ੍ਹਾ ਜਿਹਾ, ਭਾਵੇਂ ਹੈ ਤਾਂ 21,000 ਰੁਪਈਆ ਹੀ ਹੈ, ਪਰ ਇੱਕ ਸਨਮਾਨ ਦੇਣ ਵਾਸਤੇ ਗੱਲ ਹੀ ਹੈ ਕਿ ਉਹ ਆਏ ਨੇ ਨਾਲ, ਅਤੇ ਨਾਲ ਇਹਨਾਂ ਦਾ ਵੀ ਅਸੀਂ ਸਨਮਾਨ ਕਰੀਏ ਕਿ ਤੁਸੀਂ ਸਾਡੀ ਬੱਚੀਆਂ ਵਾਸਤੇ ਮਿਹਨਤ ਕਰ ਰਹੇ ਹੋ, ਅਤੇ ਵਾਹਿਗੁਰੂ ਕਰੇ ਕਿ ਸਾਡੀਆਂ ਬੱਚੀਆਂ ਇਸ ਤਰ੍ਹਾਂ ਦਾ ਬਲੰਦ ਕਰਨ ਸ਼ੋਅ। ਦੇਖੋ, ਔਲਰੇਡੀ ਸਾਡੀ ਹਾਕੀ ਨੈਸ਼ਨਲ ਲੈਵਲ 'ਤੇ ਹੋ ਗਈ ਹੈ ਜੀ, ਮਾਨਤਾ ਮਿਲ ਗਈ ਹੈ, ਅਤੇ ਇਹ ਸਿੱਧੇ ਬੱਚੇ ਸਾਡੇ ਨੈਸ਼ਨਲ ਲੈਵਲ 'ਤੇ ਜਾ ਸਕਦੇ ਆ। ਸੋ ਹਾਕੀ ਦੀਆਂ ਟੀਮਾਂ, ਕਬੱਡੀ ਦੀਆਂ ਟੀਮਾਂ ਔਲਰੇਡੀ ਸਾਡੀਆਂ ਖਾਲਸਾ ਜਿਹੜੀਆਂ ਖਾਲਸਾਈ ਖੇਡਾਂ ਨੇ ਉਹ ਤਿਆਰ ਹੋ ਰਹੀਆਂ, ਸਾਡੇ ਪਹਿਲਾਂ ਹੀ ਬੱਚੇ ਖੇਡ ਰਹੇ ਆ, ਹੁਣ ਅਸੀਂ ਲੜਕੀਆਂ ਦਾ ਤਾਂ ਐਡ ਕੀਤਾ ਵਿੱਚ, ਲੜਕੀਆਂ ਦਾ ਐਡ ਕੀਤਾ ਇਸ ਕਰਕੇ ਕਿ ਵੱਧ ਤੋਂ ਵੱਧ ਬੱਚੀਆਂ ਦਾ ਉਤਸ਼ਾਹ ਬਣ ਸਕੇ। ਵਾਹਿਗੁਰੂ ਕਿਰਪਾ ਕਰੇਗਾ ਜੀ, ਜ਼ਰੂਰ ਜਾਏਗੀ, ਕਿਉਂਕਿ ਅਸੀਂ ਇੰਨੀ ਮਿਹਨਤ ਕਰਾਂਗੇ, ਇਹਨਾਂ ਨੂੰ ਮੌਕਾ ਦੇਵਾਂਗੇ। ਅਸੀਂ ਸਾਰੇ ਦੇਖੋ, ਤੁਸੀਂ ਹਾਕੀ ਵਾਸਤੇ ਅਸੀਂ ਜਿੰਨੇ ਟਰਫ ਹੈ ਉਹ ਸਾਰੇ ਅਸੀਂ ਉਹਨਾਂ ਨਾਲ ਕੰਟੈਕਟ ਕਰ ਲਿਆ, ਅਸੀਂ ਟਰਫ ਚੰਡੀਗੜ੍ਹ ਵਾਲਾ ਵੀ, ਅਸੀਂ ਜਲੰਧਰ ਵਾਲਾ ਵੀ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਾਲਾ ਵੀ, ਅਸੀਂ ਸਾਰਿਆਂ ਨੂੰ ਕਹਿਤਾ ਕਿ ਅਸੀਂ ਬੱਚੇ ਇੱਥੇ ਖਿਡਾਉਣੇ, ਤਾਂ ਜੋ ਬੱਚਿਆਂ ਨੂੰ ਸਹੀ ਢੰਗ ਦੇ ਨਾਲ ਮੌਕਾ ਮਿਲ ਸਕੇ, ਇਹ ਨਾ ਹੋਵੇ ਕਿ ਅਸੀਂ ਉਹਨਾਂ ਨੂੰ ਕਿਤੇ ਚੰਗੀ ਗਰਾਊਂਡ ਨਾ ਦੇ ਸਕੀਏ। ਸੋ ਅੱਛਾ ਮੌਕਾ ਦੇਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ, ਕਿ ਜੇ ਮੈਂ ਅਰਜੁਨ ਅਵਾਰਡ ਦੀ ਲੜਕੀਆਂ ਜਾਂ ਓਲੰਪਿਕ ਖੇਡੀਆਂ ਲੜਕੀਆਂ ਜਾਂ ਨੈਸ਼ ਇੰਟਰਨੈਸ਼ਨਲ ਖੇਡੀਆਂ ਲੜਕੀਆਂ ਸਾਡੀਆਂ ਅਗਵਾਈ ਕਰ ਰਹੀਆਂ, ਅਤੇ ਮੈਨੂੰ ਆਸ ਹੀ ਨਹੀਂ, ਵਿਸ਼ਵਾਸ ਹੈ ਕਿ ਉਹ ਇੰਨੀ ਮਿਹਨਤ ਕਰਾਉਣਗੀਆਂ ਕਿ ਬੱਚੇ ਸਾਡੇ ਨੈਸ਼ਨਲ ਲੈਵਲ 'ਤੇ ਕੀ ਓਲੰਪਿਕ ਤੱਕ ਵੀ ਜਾਣ। ਬਿਲਕੁਲ ਜੀ, ਸਾਰਾ ਬਜਟ ਅੱਗੇ ਵੀ ਇਹਨਾਂ ਰੱਖਿਆ ਸੀਗਾ, ਅੱਗੇ 3 ਕਰੋੜ ਰੱਖਿਆ ਸੀ, ਅਸੀਂ ਇਸ ਵਾਰੀ ਵੀ ਭਾਵੇਂ 8 ਕਰੋੜ ਰੱਖਣਾ ਪਵੇ, 9 ਕਰੋੜ, ਕਿਉਂਕਿ ਸਾਡੇ ਹੋਸਟਲ ਦਾ ਵੀ ਖਰਚ ਆਉਣੇ ਆ, ਦੂਜੇ ਵੀ ਖਰਚ ਆਉਣੇ ਆ, ਪੂਰਾ ਬਜਟ ਹੋਏਗਾ, ਕੋਈ ਕਮੀ ਨਹੀਂ। ਅਸੀਂ ਦੂਜੇ ਪਾਸੇ ਭਾਵੇਂ ਕਿਤੇ ਕੰਜੂਸੀ ਕਰ ਲਈਏ, ਪਰ ਬੱਚਿਆਂ ਦੀ ਤਰਫ ਅਸੀਂ ਕੋਈ ਕੰਜੂਸੀ ਨਹੀਂ ਕਰਾਂ। ਬਿਲਕੁਲ ਜੀ, ਸਾਡਾ ਕਿਉਂਕਿ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਲੜਕੀਆਂ ਅਤੇ ਲੜਕੇ ਜਿਹੜੇ ਹੈ ਕਮ ਸੋ ਕਮ ਇਹ ਖਾਲਸਾ ਹੀ ਰੰਗ ਵਿੱਚ ਵੀ ਹੋਣ, ਅਤੇ ਵਧੀਆ ਢੰਗ ਦੇ ਨਾਲ ਆਪਣਾ ਸਰੂਪ ਵੀ ਜਿਹੜਾ ਉੱਥੇ ਪੇਸ਼ ਕਰ ਸਕਣ। ਖਿਡਾਰੀਆਂ ਨੂੰ ਸਨਮਾਨ ਵਜੋਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਵੱਖ ਵੱਖ ਸੰਸਥਾਵਾਂ ਦੇ ਵਿੱਚ, ਸਰਕਾਰੀ ਅਦਾਰਿਆਂ 'ਚ, ਕੀ ਸ਼੍ਰੋਮਣੀ ਕਮੇਟੀ ਇਹੋ ਜਿਹਾ ਅੱਗੇ ਤੋਂ ਉਪਰਾਲਾ ਕਰੇਗੀ? ਕੋਈ ਬੱਚਾ ਵੱਡਾ ਖਿਡਾਰੀ ਹੋਵੇ, ਮੈਂ ਤਾਂ ਕਹਿੰਦੀ ਸਾਡੇ ਕਾਲਜ 'ਚ ਹੀ ਪੜ੍ਹੇ, ਜਿਹੜਾ ਹਾਇਰ ਐਜੂਕੇਸ਼ਨ ਵੀ ਲੈਣਾ ਚਾਹੁੰਦਾ, ਪੜ੍ਹਾਈ ਤੋਂ ਇਲਾਵਾ ਮੈਂ ਨੌਕਰੀ ਨਹੀਂ, ਨੌਕਰੀ ਤਾਂ ਜਦੋਂ ਚਾਹੇਗਾ ਨਾ, ਫਿਰ ਜਿਹੜਾ ਖਿਡਾਰੀ ਬਣ ਜਾਂਦਾ ਜੀ, ਜਦੋਂ ਖੇਡੇਗਾ ਸ਼੍ਰੋਮਣੀ ਕਮੇਟੀ ਵੱਲੋਂ ਨੈਚੁਰਲੀ ਸਾਡਾ ਹੀ ਬਣ ਜਾਣਾ। ਜੇ ਇੱਥੇ ਸਾਡੇ ਜਿੱਦਾਂ ਪਲੇਅਰ ਦੀ ਕਾਬਲੀਅਤ ਦੇ ਹਿਸਾਬ ਨਾਲ ਲੋੜ ਪਏਗੀ, ਅਸੀਂ ਜ਼ਰੂਰ ਕੋਚ ਰੱਖਣੇ ਹੁੰਦੇ ਆ, ਅਸੀਂ ਕੋਚ ਲੈਂਦੇ ਹਾਂ, ਅਸੀਂ ਹਾਂਜੀ ਸਰਕਾਰਾਂ 'ਚ ਵਧੀਆ ਇਹਨਾਂ ਨੂੰ ਜੋ ਜਦੋਂ ਓਲੰਪੀਅਨ ਖੇਡ ਗਿਆ ਕੋਈ, ਉਹ ਵਧੀਆ ਵੱਡੀਆਂ ਪੋਸਟਾਂ 'ਤੇ ਚੱਲ ਜਾਂਦੇ ਆ, ਅਤੇ ਉਹਨਾਂ ਨੂੰ ਫਿਰ ਲੋੜ ਨਹੀਂ ਮਹਿਸੂਸ ਹੁੰਦੀ। ਸੋ ਅਸੀਂ ਤਾਂ ਕੋਚ ਰੱਖ ਸਕਦੇ ਹਾਂ, ਅਸੀਂ ਟ੍ਰੇਨਿੰਗ ਵਾਸਤੇ ਰੱਖ ਸਕਦੇ ਹਾਂ, ਅਤੇ ਅਸੀਂ ਇਹਨਾਂ ਨੂੰ ਗਾਈਡ ਕਰਨ ਵਾਸਤੇ ਰੱਖ ਸਕਦੇ ਹਾਂ, ਹੋਰ ਇਹਨਾਂ ਨੂੰ ਜਦੋਂ ਵੱਡੀਆਂ ਪੋਸਟਾਂ ਮਿਲ ਜਾਂਦੀਆਂ, ਜਿਹੜਾ ਵੱਡੇ ਲੈਵਲ 'ਤੇ ਖੇਡਦਾ ਉਹਨੂੰ ਮੇਰੇ ਖਿਆਲ ਲੋੜ ਨਹੀਂ ਪੈ ਜਾਂਦੀ,
ਹੁਣ ਆ ਬੇਟੀ ਜਦੋਂ ਕਿਤੇ ਓਲੰਪੀਅਨ ਕਰੇਗੀ ਤਾਂ ਇਹਨੂੰ ਕਿਤੇ ਲੋੜ ਪੈ ਜਾਣੀ ਸਾਡੀ ਸ਼੍ਰੋਮਣੀ ਕਮੇਟੀ ਦੇ, ਤਾਂ ਇਹ ਸੋਚੇਗੀ ਕਿ ਮੈਨੂੰ ਜੇ ਵੱਡੀ ਪੋਸਟ ਮਿਲੀ ਹੈ ਤਾਂ ਮੈਂ ਉੱਥੇ ਜਾਵਾਂ। ਸੋ ਇਸ ਕਰਕੇ ਧੰਨਵਾਦ ਜੀ, ਤੁਸੀਂ ਆਏ ਹੋ ਅਤੇ ਬਾਕੀ ਗੱਲਾਂ ਸਵੇਰ ਕਰਕੇ ਪਹਿਲਾਂ ਇਹਦਾ ਸਨਮਾਨ ਕਰ। ਅੰਮ੍ਰਿਤਸਰ ਪੁਲਿਸ ਨੇ 16 ਮਾਰਚ ਨੂੰ ਸਹਿਬ ਨਾਮ ਦੇ ਇੱਕ ਯੁਵਕ ਦੇ ਕਤਲ ਦੇ ਮਾਮਲੇ ਵਿੱਚ ਇੱਕ ਆਰੋਪੀ ਸਨੀ ਨੂੰ ਗ੍ਰਿਫਤਾਰ ਕੀਤਾ। ਸਨੀ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਸਾਹਿਲ ਦਾ ਪੁਰਾਣੀ ਰੰਜਿਸ਼ ਦੇ ਚਾਲ ਨਾਲ ਕਤਲ ਕੀਤਾ ਸੀ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਇਹ 16 ਮਾਰਚ ਦੀ ਗੱਲ ਹੈ। ਇੱਕ ਸਾਹਿਲ ਨਾਂ ਦਾ ਮੁੰਡਾ ਏਕਤਾ ਨਗਰੀ, ਜਿਹਦੇ ਉੱਥੇ ਤਿੰਨਾਂ ਮੁੰਡਿਆਂ ਨੇ ਜਿਹੜੀਆਂ ਦੀ ਗੋਲੀਆਂ ਮਾਰ ਕੇ ਡੈਥ ਕਰਤੀ, ਇਹਨਾਂ ਵਿੱਚੋਂ ਅਸੀਂ FIR ਦਰਜ ਕੀਤੀ 61 ਨੰਬਰ। ਉਹਦੇ ਵਿੱਚ 3 ਦੋਸ਼ੀ ਸਨ, ਇੱਕ ਪ੍ਰਿੰਸ, ਇੱਕ ਪੰਛੀ ਅਤੇ ਇੱਕ ਸੰਦੀਪ ਸਿੰਘ ਇਲੀਅਸ ਗੱਟੂ। ਜਿਹੜਾ ਸੰਨੀ ਅਤੇ ਪ੍ਰਿੰਸ, ਇਹ ਦੋ ਨਾਂ ਇਹਦੇ, ਸੰਨੀ ਅਤੇ ਪ੍ਰਿੰਸ, ਅਤੇ ਪੰਛੀ, ਇਹ ਦੋਨੋਂ ਭਰਾ ਨੇ, ਅਤੇ ਸੰਦੀਪ ਗੱਟੂ ਜਿਹੜਾ ਵਾ ਉਹ ਵੀ ਇਹਨਾਂ ਦਾ ਰੈਲੇਟਿਵ ਆ। ਤਿੰਨੇ ਦੋਸ਼ੀ ਜਿਹੜੇ ਬਾਈ ਨੇ, ਇਹਨਾਂ ਦੇ ਵਿੱਚੋਂ ਕੱਲ੍ਹ ਅਸੀਂ ਜਿਹੜੇ ਸਾਡੇ SHO 'ਚ ਨੇ ਸਫਲਤਾ ਮਿਲੀ, ਜਿਹੜਾ ਇੱਕ ਦੋਸ਼ੀ ਆ ਸੰਨੀ ਔਰ ਪ੍ਰਿੰਸ, ਇਹਨੂੰ ਅਰੈਸਟ ਕੀਤਾ। ਇਹਦੇ ਕੋਲੋਂ ਅਸੀਂ ਇੱਕ 32 ਬੋਰ ਦਾ ਰਿਵਾਲਵਰ ਜਿਹੜਾ ਨਾ ਪਿਸਟਲ ਆ 32 ਬੋਰ ਦਾ ਜਿਹੜਾ ਉੱਥੇ ਵਰਤਿਆ ਸੀ, ਹੋਰ ਕਵਰ ਕੀਤਾ, ਅਤੇ ਇਹਨੂੰ ਅੱਜ ਕੋਰਟ 'ਚ ਪੇਸ਼ ਕਰਦੇ ਹਾਂ, ਅਤੇ ਬਾਕੀ ਬੰਦਿਆਂ ਬਾਰੇ ਜਿਹੜੇ ਦੋ ਰਹਿੰਦੇ ਆ ਉਹਨਾਂ ਬਾਰੇ ਪੁੱਛ ਗਿੱਛ ਕਰਦੇ ਹਾਂ। ਰੰਜਿਤ ਸੋਨੇ ਨੂੰ ਪੁੱਛ ਗਿੱਛ ਕਰਦੇ ਹਾਂ ਕੀ ਇਹਨਾਂ ਦੀ ਵਜ੍ਹਾ ਰੰਜਿਤ ਸੀ। ਇਹ ਇੱਕੇ ਮਹੱਲੇ 'ਚ ਰਹਿੰਦੇ ਸੀ, ਇਹਨਾਂ ਦਾ ਪਹਿਲਾਂ ਹੀ ਮਾੜਾ ਮੋਟਾ ਤਕਰਾਰ ਹੋਇਆ ਸੀ, ਉਸ ਦਿਨ ਵੀ ਤਕਰਾਰ ਹੋਇਆ ਸੀ ਪਹਿਲਾਂ ਇਹ ਆਪਸ ਵਿੱਚ, ਅਤੇ ਮੁੜ ਕੇ ਜਿਹੜਾ ਫਿਰ ਇੱਥੋਂ ਤੱਕ ਜਿਹੜੀ ਆ ਇਹਨਾਂ ਦੀ ਗੱਲ ਵੱਧ ਗਈ। ਸਰ ਕਿੰਨੇ ਪਰਚੇ ਨੇ? ਜਿਹੜਾ ਹੈਗਾ ਸੰਦੀਪ ਗੱਟੂ, ਉਹਦੇ ਤਕਰੀਬਨ 8-10 ਪਰਚੇ ਹੈਗੇ ਆ, 8 ਬਾਕੀ ਵੈਰੀਫਾਈ ਕਰਦੇ ਹਾਂ, ਅਤੇ ਇਹਨਾਂ ਦੋਵਾਂ ਦਾ ਰਿਕਾਰਡ ਚੈੱਕ ਕਰਦੇ ਹਾਂ ਜੇ ਦੋਵਾਂ ਦਾ, ਇਹ ਦੋਨੋਂ ਭਰਾ ਜਿਹੜੇ ਆ। ਸਰ ਜਿਹੜੇ 8 ਪਰਚੇ ਹੈਗੇ ਕਾਰੇ ਕਾਰੇ, ਇਹਨਾਂ ਦੇ ਵਿੱਚ ਲੁੱਟਾ ਖੋਹਾਂ ਦੇ ਆ, ਉਹ 307 ਦੇ ਆ, ਇੱਕ ਇਹ ਹੋ ਗਿਆ 302 ਦਾ। ਨਹੀਂ, ਇਹ ਸੰਦੀਪ ਗੱਟੂ ਜਿਹੜਾ ਇਹ ਸਾਨੂੰ ਅਜੇ ਸਾਰਿਆਂ ਪਰਚਿਆਂ ਦੀ ਵੰਟ ਲਿਆ। ਹਾਂ, ਜਿਹੜੀ ਪਿਸਟਲ ਬਰਾਮਦ ਹੋਈ ਹੈ ਲਾਇਸੈਂਸੀ ਹੈ ਜਾਂ ਗੈਰ ਲਾਇਸੈਂਸੀ? ਨਹੀਂ, ਇਹ ਗੈਰ ਲਾਇਸੈਂਸੀ ਹੈ ਜੀ, ਗੈਰ ਲਾਇਸੈਂਸੀ। ਤੇ ਬਾਕੀ ਜਿਹੜੇ ਦੋ ਬੰਦੇ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਹੈ? ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਵੀ ਉਹਨਾਂ ਨੂੰ ਜਲਦੀ ਰੇਡ ਕਰ ਰਹੇ ਹਾਂ, ਸਾਰੇ ਉਹਨਾਂ ਦੇ ਜਿੱਥੇ ਵੀ ਉਹਨਾਂ ਦੇ ਟਿਕਾਣੇ ਨੇ, ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਉਹਨਾਂ ਦਾ ਪਿੱਛਾ ਕਰ ਰਹੇ ਹਾਂ, ਜਲਦੀ ਫੜ ਲਾਂਗੇ ਵੀ ਦੋ ਜਿਹੜੇ। ਉਧਰ ਕਿੰਨੇ ਰੋਜ਼ ਫਾਇਰਿੰਗ ਹੋਈ ਸੀ ਸਰ ਜਿਹਨੇ ਘਟਨਾ ਵਾਪਰੀ ਹੈ? ਉਹਦੇ 'ਤੇ ਸਾਨੂੰ ਤਕਰੀਬਨ ਚਾਰ ਜਿਹੜੇ ਰੌਂਦ ਚੱਲੇ ਸੀ। ਨਾ, CCTV ਕੋਈ ਨਹੀਂ ਹੈ, CCTV ਉੱਥੇ ਉਸ ਕੈਮਰਾ ਕੋਈ ਨਹੀਂ ਹੈਗਾ ਉੱਥੇ ਜਿੱਥੇ ਇਹਨਾਂ ਦਾ ਝਗੜਾ ਹੋਇਆ। ਓਕੇ, ਲੱਗੀ ਸੰਦੀਪ ਗੱਟੂ ਜਿਹੜੀ ਉਹਦੇ ਗੋਲੀ ਨਾਲ ਜਿਹਦੇ ਨਾਲ ਡੈਥ ਹੋਈ ਨਾ ਸੰਦੀਪ ਗੱਟੂ ਦੀ, ਇਹਨੇ ਹਵਾਈ ਫਾਇਰ ਕੀਤਾ। ਹਾਂ, ਇਹਦੇ ਚੁੱਕ ਨਿਕਲ, ਹਾਂ ਇਹਨੇ ਹਵਾਈ ਫਾਇਰ, ਇਹਦੇ ਜੋ ਇਹਦੇ ਬਿਆਨ ਮੁਤਾਬਕ ਸੀ ਨਾ, ਇਹਨਾਂ ਹਵਾਈ ਫਾਇਰ ਕੀਤੇ ਸੀ ਇਹਨੇ। ਧੰਨਵਾਦ।